ਆਪਰੇਸ਼ਨ ਸੀਲ 6 ਚਲਾਇਆ ਜਾ ਰਿਹਾ ਹੈ, ਜਿਹੜੇ ਪੰਜਾਬ ਦੇ 10 ਸਰਹੱਦੀ ਜ਼ਿਲ੍ਹੇ ਨੇ, ਆਪਣੇ ਜਿਹੜੇ ਗੁਆਂਢੀ ਸੂਬੇ ਹੈ ਉਹਨਾਂ ਦੇ ਨਾਲ ਜਿਹੜੀ ਬਾਉਂਡਰੀ ਸ਼ੇਅਰ ਕਰ ਰਹੇ ਨੇ, ਉੱਥੇ ਇਹ ਆਪਰੇਸ਼ਨ ਸੀਲ 6 ਚਲਾਇਆ ਜਾ ਰਿਹਾ ਹੈ। ਇਹਦੇ ਵਿੱਚ ਅਕਰੋਸ ਦਾ ਪੰਜਾਬ 220 ਨਾਕਾ ਪੁਆਇੰਟਸ ਹੈਵ ਬੀਨ ਇੰਸਟਾਲ, ਐਂਡ ਇਹ ਸਵੇਰੇ ਅਸੀਂ 8 ਵਜੇ ਸ਼ੁਰੂ ਕਰ ਲਿਆ, ਐਂਡ ਦਿਸ ਵਿਲ ਗੋ ਅਪ ਟਿਲ 2 PM। ਤਾਂ ਐਜ ਫਾਰ ਐਜ ਪਠਾਨਕੋਟ ਇਜ਼ ਕੰਸਰਨ, ਅਸੀਂ ਪਠਾਨਕੋਟ ਦੇ ਵਿੱਚ 23 ਨਾਕੇ ਇੰਸਟਾਲ ਕੀਤੇ ਹੋਏ ਨੇ, ਉਹਨਾਂ 'ਚੋਂ ਜਿਹੜੇ 12 ਨਾਕੇ ਹੈਗੇ ਨੇ ਉਹ ਪਰਮਨੈਂਟ ਹੈ, ਐਂਡ 11 ਅਸੀਂ ਟੈਂਪਰੇਰੀ ਤੌਰ 'ਤੇ ਲਾਏ ਹੈ। ਇਹਦੇ ਵਿੱਚ ਬੇਸਿਕਲੀ ਓਬਜੈਕਟਿਵ ਇਹ ਹੈ ਕਿ ਕਿਉਂਕਿ ਮਾਡਲ ਕੋਡ ਆਫ ਕੰਡਕਟ ਇਜ਼ ਐਨ ਆਪਰੇਸ਼ਨ, ਗੱਡੀਆਂ ਦੀ ਚੈਕਿੰਗ, ਜਿਹੜੇ ਸਸਪੀਸ਼ੀਅਸ ਬੰਦੇ ਹੈ ਉਹਨਾਂ ਦੀ ਚੈਕਿੰਗ ਉਹ ਅਸੀਂ ਕਰ ਰਹੇ ਨੇ, ਐਂਡ ਐਜ਼ ਆਫ ਨਾਓ ਜਿਹੜੇ 23 ਨਾਕੇ ਲੱਗੇ ਹੋਏ ਨੇ ਉਹਦੇ ਵਿੱਚ ਕੁਝ ਰਿਕਵਰੀਜ਼ ਵੀ ਹੋਈ ਹੈ ਵਿਚ ਵੁੱਡ ਬੀ ਸਬਸਕੁਐਂਟਲੀ ਸ਼ੇਅਰਡ ਵਿਦ ਦ ਮੀਡੀਆ। ਇਹਦੇ ਵਿੱਚ ਇੱਕ ਜਿਹੜੀ ਬੜੀ ਇੰਟਰਸਟਿੰਗ ਚੀਜ਼ ਹੈ ਕਿ ਵੀ ਹੈਵ ਆਲਰੇਡੀ ਟਾਈਡ ਅਪ ਵਿਦ ਅਵਰ ਨੇਬਰਿੰਗ ਸਟੇਟਸ ਜਾਂ ਨੇਬਰਿੰਗ ਡਿਸਟ੍ਰਿਕਟਸ, ਜਿਵੇਂ ਪਠਾਨਕੋਟ ਦੇ ਨਾਲ ਇੱਥੇ ਨੂਰਪੁਰ ਲੱਗਦਾ ਹੈ ਫਰੋਮ ਹਿਮਾਚਲ ਸਾਈਡ, ਜਾਂ ਫੋਰ ਦੈਟ ਮੈਟਰ ਕਠੂਆ ਲੱਗਦਾ ਹੈ ਫਰੋਮ ਜੰਮੂ ਸਾਈਡ, ਵੀ ਹੈਵ ਟਾਈਡ ਅਪ ਵਿਦ ਦ ਲੋਕਲ ਪੁਲਿਸ ਓਵਰ ਦੇਅਰ। ਤਾਂ ਉੱਥੇ ਵੀ ਕੋਰਸਪੋਂਡਿੰਗ ਟੂ ਦੀਜ਼ ਨਾਕਾ ਪੁਆਇੰਟ ਜਿਵੇਂ ਤੁਸੀਂ ਦੇਖ ਰਹੇ ਹੋ, ਦੇਰ ਆਰ ਮਿਰਰ ਨਾਕਾਜ ਔਨ ਦੈਟ ਸਾਈਡ ਆਲਸੋ, ਉਹਨਾਂ ਨੇ ਵੀ ਡਿਪਲੋਇਮੈਂਟ ਕੀਤੀ ਹੈ, ਸੋ ਦੈਟ ਦੋਨੋਂ ਤਰਫੋਂ ਇੱਕ ਪ੍ਰੋਪਰ ਨਾਕਾਬੰਦੀ ਹੋ ਜਾਵੇ, ਐਂਡ ਜੇ ਕੋਈ ਸਸਪੀਸ਼ੀਅਸ ਬੰਦਾ ਹੈ ਉਹ ਭੱਜ ਨਾ ਪਾਵੇ, ਐਂਡ ਉਹਦੀ ਪ੍ਰੋਪਰ ਚੈਕਿੰਗ ਹੋ ਸਕੇ। ਕਿੰਨੇ ਮੁਲਾਜ਼ਮ ਸਰ ਨਾਕੇ? ਇਹਦੇ ਵਿੱਚ ਜਿਵੇਂ ਮੈਂ ਕਿਹਾ ਸੀਗਾ ਕਿ 23 ਪੁਆਇੰਟਸ ਹੈਗੇ ਨੇ ਪਠਾਨਕੋਟ ਦੇ ਵਿੱਚ, ਐਂਡ ਮਿਨੀਮਮ 20 ਪਰਸਨਲ ਹੈਵ ਬੀਨ ਡਿਪਲੋਇਡ ਔਨ ਈਚ ਨਾਕਾ ਪੁਆਇੰਟ, ਵਿਚ ਟੇਕਸ ਫਿਗਰ 450 ਤੋਂ ਉੱਪਰ ਕਰੀਬਨ 460 ਬੰਦੇ ਅਸੀਂ ਲਾਏ ਹੈ। ਇਹਦੇ ਵਿੱਚ 6 GOs ਜਿਹੜੇ DSP ਸਾਹਿਬ ਹੈਗੇ ਨੇ, SP ਹੈੱਡਕੁਆਰਟਰ ਹੀ ਸਾਰਾ ਆਪ ਸੁਪਰਵਾਈਜ਼ ਕਰ ਰਹੇ ਨੇ ਇਸ ਆਪਰੇਸ਼ਨ ਨੂੰ। ਪੁਲਿਸ ਤੋਂ ਇਲਾਵਾ BSF ਔਰ ਬਾਕੀ ਕੰਪਨੀਜ਼ ਵੀ ਹੈ? ਤੁਸੀਂ ਦੇਖੋ ਜਿਹੜੀ ਸਾਨੂੰ ਇਲੈਕਸ਼ਨ ਕਰਕੇ CAPF ਦਾ ਕੰਪੋਨੈਂਟ ਮਿਲਿਆ ਹੈਗਾ, ਉਹਨਾਂ ਨੂੰ ਵੀ ਆਪਾਂ ਯੂਜ਼ ਕਰ ਰਹੇ ਨੇ, ਐਂਡ ਜਿਹੜਾ ਆਪਣੇ ਕੋਲ SOG ਕੰਪੋਨੈਂਟ ਹੈ ਵੀ ਆਰ ਯੂਜ਼ਿੰਗ ਦੈਮ ਆਲਸੋ। ਕੁਛ ਰਿਕਵਰੀਜ਼ ਹਜੇ ਹੋਈਆਂ ਹੈ, ਕੁਛ ਚੱਲ ਰਹੀਆਂ ਹੈਗੀਆਂ, ਤਾਂ ਵਾਂਸ ਦਾ ਆਪਰੇਸ਼ਨ ਇਜ਼ ਕੰਪਲੀਟਡ ਐਟ ਅਰਾਊਂਡ 2, ਫਿਰ ਵਿਲ ਸ਼ੇਅਰ ਸਾਰਾ ਜਿਹੜਾ ਪ੍ਰੋਗਰੈਸ ਮੀਡੀਆ ਦੇ ਨਾਲ ਸ਼ੇਅਰ ਕਰਦੇ ਹਾਂ। ਆਪਰੇਸ਼ਨ ਸੀਲ 6 ਚਲਾਇਆ ਜਾ ਰਿਹਾ ਹੈ, ਜਿਹੜੇ ਪੰਜਾਬ ਦੇ 10 ਸਰਹੱਦੀ ਜ਼ਿਲ੍ਹੇ ਨੇ, ਆਪਣੇ ਜਿਹੜੇ ਗੁਆਂਢੀ ਸੂਬੇ ਹੈ ਉਹਨਾਂ ਦੇ ਨਾਲ ਜਿਹੜੀ ਬਾਉਂਡਰੀ ਸ਼ੇਅਰ ਕਰ ਰਹੇ ਨੇ, ਉੱਥੇ ਇਹ ਆਪਰੇਸ਼ਨ ਸੀਲ 6 ਚਲਾਇਆ ਜਾ ਰਿਹਾ ਹੈ। ਇਹਦੇ ਵਿੱਚ ਅਕਰੋਸ ਦਾ ਪੰਜਾਬ 220 ਨਾਕਾ ਪੁਆਇੰਟਸ ਹੈਵ ਬੀਨ ਇੰਸਟਾਲ, ਐਂਡ ਇਹ ਸਵੇਰੇ ਅਸੀਂ 8 ਵਜੇ ਸ਼ੁਰੂ ਕਰ ਲਿਆ, ਐਂਡ ਦਿਸ ਵਿਲ ਗੋ ਅਪ ਟਿਲ 2 PM। ਤਾਂ ਐਜ਼ ਫਾਰ ਐਜ਼ ਪਠਾਨਕੋਟ ਇਜ਼ ਕੰਸਰਨ, ਅਸੀਂ ਪਠਾਨਕੋਟ ਦੇ ਵਿੱਚ 23 ਨਾਕੇ ਇੰਸਟਾਲ ਕੀਤੇ ਹੋਏ ਨੇ, ਉਹਨਾਂ 'ਚੋਂ ਜਿਹੜੇ 12 ਨਾਕੇ ਹੈਗੇ ਨੇ ਉਹ ਪਰਮਨੈਂਟ ਹੈ, ਐਂਡ 11 ਅਸੀਂ ਟੈਂਪਰੇਰੀ ਤੌਰ 'ਤੇ ਲਾਏ ਹੈ। ਇਹਦੇ ਵਿੱਚ ਬੇਸਿਕਲੀ ਓਬਜੈਕਟਿਵ ਇਹ ਹੈ ਕਿ ਕਿਉਂਕਿ ਮਾਡਲ ਕੋਡ ਆਫ ਕੰਡਕਟ ਇਜ਼ ਐਨ ਆਪਰੇਸ਼ਨ, ਗੱਡੀਆਂ ਦੀ ਚੈਕਿੰਗ, ਜਿਹੜੇ ਸਸਪੀਸ਼ੀਅਸ ਬੰਦੇ ਹੈ ਉਹਨਾਂ ਦੀ ਚੈਕਿੰਗ ਉਹ ਅਸੀਂ ਕਰ ਰਹੇ ਨੇ, ਐਂਡ ਐਜ਼ ਆਫ ਨਾਓ ਜਿਹੜੇ 23 ਨਾਕੇ ਲੱਗੇ ਹੋਏ ਨੇ ਉਹਦੇ ਵਿੱਚ ਕੁਝ ਰਿਕਵਰੀਜ਼ ਵੀ ਹੋਈ ਹੈ ਵਿਚ ਵੁੱਡ ਬੀ ਸਬਸਕੁਐਂਟਲੀ ਸ਼ੇਅਰਡ ਵਿਦ ਦ ਮੀਡੀਆ। ਇਹਦੇ ਵਿੱਚ ਇੱਕ ਜਿਹੜੀ ਬੜੀ ਇੰਟਰਸਟਿੰਗ ਚੀਜ਼ ਹੈ ਕਿ ਵੀ ਹੈਵ ਆਲਰੇਡੀ ਟਾਈਡ ਅਪ ਵਿਦ ਅਵਰ ਨੇਬਰਿੰਗ ਸਟੇਟਸ ਜਾਂ ਨੇਬਰਿੰਗ ਡਿਸਟ੍ਰਿਕਟਸ, ਜਿਵੇਂ ਪਠਾਨਕੋਟ ਦੇ ਨਾਲ ਇੱਥੇ ਨੂਰਪੁਰ ਲੱਗਦਾ ਹੈ ਫਰੋਮ ਹਿਮਾਚਲ ਸਾਈਡ, ਜਾਂ ਫੋਰ ਦੈਟ ਮੈਟਰ ਕਠੂਆ ਲੱਗਦਾ ਹੈ ਫਰੋਮ ਜੰਮੂ ਸਾਈਡ, ਵੀ ਹੈਵ ਟਾਈਡ ਅਪ ਵਿਦ ਦ ਲੋਕਲ ਪੁਲਿਸ ਓਵਰ ਦੇਅਰ। ਤਾਂ ਉੱਥੇ ਵੀ ਕੋਰਸਪੋਂਡਿੰਗ ਟੂ ਦੀਜ਼ ਨਾਕਾ ਪੁਆਇੰਟ ਜਿਵੇਂ ਤੁਸੀਂ ਦੇਖ ਰਹੇ ਹੋ, ਦੇਰ ਆਰ ਮਿਰਰ ਨਾਕਾਜ ਔਨ ਦੈਟ ਸਾਈਡ ਆਲਸੋ, ਉਹਨਾਂ ਨੇ ਵੀ ਡਿਪਲੋਇਮੈਂਟ ਕੀਤੀ ਹੈ, ਸੋ ਦੈਟ ਦੋਨੋਂ ਤਰਫੋਂ ਇੱਕ ਪ੍ਰੋਪਰ ਨਾਕਾਬੰਦੀ ਹੋ ਜਾਵੇ, ਐਂਡ ਜੇ ਕੋਈ ਸਸਪੀਸ਼ੀਅਸ ਬੰਦਾ ਹੈ ਉਹ ਭੱਜ ਨਾ ਪਾਵੇ, ਐਂਡ ਉਹਦੀ ਪ੍ਰੋਪਰ ਚੈਕਿੰਗ ਹੋ ਸਕੇ। ਕਿੰਨੇ ਮੁਲਾਜ਼ਮ ਸਰ ਨਾਕੇ? ਇਹਦੇ ਵਿੱਚ ਜਿਵੇਂ ਮੈਂ ਕਿਹਾ ਸੀਗਾ ਕਿ 23 ਪੁਆਇੰਟਸ ਹੈਗੇ ਨੇ ਪਠਾਨਕੋਟ ਦੇ ਵਿੱਚ,
and minimum 20 personnel have been deployed on each Naka point, which takes figure 450 to upar upar kareeban 460 bande assi laaye hai. ਇਹਦੇ ਵਿੱਚ 6 ਜੀਓਸ ਜਿਹੜੇ DSP ਸਾਹਿਬ ਹੈਗੇ ਨੇ, SP ਹੈੱਡਕੁਆਰਟਰ ਹੀ ਸਾਰਾ ਆਪ ਸੁਪਰਵਾਈਜ਼ ਕਰ ਰਹੇ ਨੇ ਇਸ ਆਪਰੇਸ਼ਨ ਨੂੰ। ਪੁਲਿਸ ਤੋਂ ਇਲਾਵਾ BSF ਔਰ ਬਾਕੀ ਕੰਪਨੀਜ਼ ਵੀ ਹੈ। ਤੁਸੀਂ ਦੇਖੋ ਜਿਹੜੀ ਸਾਨੂੰ ਇਲੈਕਸ਼ਨ ਕਰਕੇ CAPF ਦਾ ਕੰਪੋਨੈਂਟ ਮਿਲਿਆ ਹੈਗਾ, ਉਹਨਾਂ ਨੂੰ ਵੀ ਆਪਾਂ ਯੂਜ਼ ਕਰ ਰਹੇ ਨੇ, ਐਂਡ ਜਿਹੜਾ ਆਪਣੇ ਕੋਲ SOG ਕੰਪੋਨੈਂਟ ਹੈ ਵੀ ਯੂਜ਼ਿੰਗ ਦੈਮ ਆਲਸੋ। ਕੁਛ ਰਿਕਵਰੀਜ਼ ਹਜੇ ਹੋਈਆਂ ਹੈ, ਕੁਛ ਚੱਲ ਰਹੀਆਂ ਹੈਗੀਆਂ। ਵਾਂਸ ਦਾ ਆਪਰੇਸ਼ਨ ਇਸ ਕੰਪਲੀਟਡ ਐਟ ਅਰਾਊਂਡ 2, ਫਿਰ ਵਿਲ ਸ਼ੇਅਰ ਸਾਰਾ ਜਿਹੜਾ ਪ੍ਰੋਗਰੈਸ ਮੀਡੀਆ ਦੇ ਨਾਲ ਸ਼ੇਅਰ ਕਰਦੇ ਹਾਂ।